ਹੁਣ ਦੇਖੋ ਨਾ ਵੀ ਵੱਡੇ ਆਦਮੀ ਦੀ ਅਗਰ ਗੱਲ ਨਾ ਮੰਨੀ ਜਾਵੇ ਤਾਂ ਆਪਣੀ ਇਨਸਲਟ ਸਮਝਦਾ, ਆਪਣੀ ਤੁਹੀਨ ਸਮਝਦਾ। ਬਾਦਸ਼ਾਹ ਨੇ ਕਿਹਾ ਵੀ ਇਹ ਭਗਤ ਹੈ ਤੇ ਦੇਖੋ ਇਹ ਹੁਣ ਮੇਰੀ ਆਗਿਆ ਨਹੀਂ ਮੰਨਦਾ, ਇਹਦੇ ਵਿੱਚ ਤਾਂ ਮੇਰੀ ਹੱਤਕ ਹੈ। ਕਹਿੰਦੇ ਬਾਦਸ਼ਾਹ ਚੜ੍ਹਿਓ ਹੰਕਾਰ, ਉਹਦੀ ਟੈਂਪਰੇਚਰ ਤੇਜ਼ ਹੋ ਗਈ, ਉਹ ਗੁੱਸੇ ਦੇ ਨਾਲ ਭਰ ਗਿਆ। ਬਾਦਸ਼ਾਹ ਚੜ੍ਹਿਓ ਹੰਕਾਰ, ਗਜ ਹਸਤੀ ਦਿਨੋ ਚਮਕਾਰ। ਨਾਮਦੇਵ ਜੀ ਦੇ ਮਾਰਨ ਦੇ ਵਾਸਤੇ ਇੱਕ ਪ੍ਰੋਗਰਾਮ ਬਣਾਇਆ, ਸਕੀਮ ਬਣਾਈ। ਉਹ ਕੀ ਬਈ ਇੱਕ ਬਹੁਤ ਮੋਟਾ ਤਾਜ਼ਾ ਹਾਥੀ, ਉਹਨੂੰ ਸ਼ਰਾਬ ਲਿਆ ਕੇ ਪਾਗਲ ਬਣਾ ਦਿੱਤਾ, ਪਾਗਲ ਬਣਾ ਕੇ ਮੁਨਾਦੀ ਕਰਾ ਦਿੱਤੀ ਵੀ ਦੁਨੀਆਂ ਦੇ ਲੋਕੋ ਇਹ ਭਗਤ ਜਿਹੜਾ ਰੱਬ ਦਾ ਪਿਆਰਾ ਹੈ ਤੇ ਜਿਸ ਨੂੰ ਤੁਸੀਂ ਮੰਨਦੇ ਹੋ ਸਤਿਕਾਰ ਕਰਦੇ ਹੋ, ਜਰਾ ਇਹਦੀ ਆ ਕੇ ਮੌਤ ਵੀ ਦੇਖੋ। ਹੁਣ ਦੁਨੀਆਂ ਧਾ ਕੇ ਪੈ ਗਈ ਨਾਮਦੇਵ ਜੀ ਦੀ ਮੌਤ ਦੇਖਣ ਦੇ ਵਾਸਤੇ। ਕਹਿੰਦੇ ਹਨ ਗਜ ਹਸਤੀ ਦਿਨੋ ਚਮਕਾਰ, ਉਹਨੂੰ ਸ਼ਰਾਬ ਪਿਲਾ ਕਰਕੇ ਉਹਨੂੰ ਪਾਗਲ ਬਣਾ ਦਿੱਤਾ ਗਿਆ। ਪ੍ਰੋਗਰਾਮ ਇਹ ਕਿ ਨਾਮਦੇਵ ਨੂੰ ਇਹਦੇ ਅੱਗੇ ਖੜਾ ਕਰ ਦਿੱਤਾ ਜਾਏਗਾ, ਇਹ ਆਪਣੀ ਸੁੰਦਰੀ ਚੋਟ ਦੇ ਨਾਲ ਨਾਮਦੇਵ ਜੀ ਨੂੰ ਤਬਾਹ ਕਰ ਦੇਵੇਗਾ। ਦੁਨੀਆਂ ਭੱਜ ਕੇ ਆਈ, ਚੌਤਰ ਫਿਰ ਦੁਨੀਆਂ ਖੜੀ ਹੈ, ਲੇਕਿਨ ਉਸ ਹਜੂਮ ਦੇ ਅੰਦਰ, ਉਸ ਮਜਮੇ ਦੇ ਅੰਦਰ, ਉਸ ਮਹਿਫਲ ਦੇ ਅੰਦਰ ਨਾਮਦੇਵ ਦੀ ਮਮਤਾ ਦੀ ਮਾਰੀ ਮਾਂ ਵੀ ਆ ਗਈ। ਬਾਦਸ਼ਾਹ ਚੜ੍ਹਿਓ ਹੰਕਾਰ, ਗਜ ਹਸਤੀ ਦਿਨੋ ਚਮਕਾਰ, ਰੁਦਨ ਕਰੇ ਨਾਮੇ ਕੀ ਮਾਏ। ਹੁਣ ਦੁਨੀਆਂ ਤਾਂ ਦੇਖ ਰਹੀ ਹੈ, ਦਰਦ ਵਾਲੇ ਲੋਕ, ਪਿਆਰ ਵਾਲੇ ਲੋਕ ਵੀ ਖੜੇ ਹਨ, ਮੁਤਸਵੀਰ ਖਾਲੂ ਲੋਕ ਵੀ ਖੜੇ ਹਨ, ਪਰ ਰੁਦਨ ਕਰੇ ਨਾਮੇ ਕੀ ਮਾਏ। ਤੇ ਮਾਂ ਦੀਆਂ ਚੀਕਾਂ ਨਿਕਲ ਗਈਆਂ, ਲਹਿਰਾਂ ਨਿਕਲ ਗਈਆਂ। ਹੁਣ ਕੌਣ ਮਾਂ ਹੈ ਜਿਹੜੀਆਂ ਆਪਣੀਆਂ ਅੱਖਾਂ ਦੇ ਨਾਲ ਆਪਣੇ ਬੱਚੇ ਦੀ ਮੌਤ ਦੇਖ ਸਕੇ ਸਾਹਮਣੇ, ਵੀ ਇਹਨੂੰ ਹਾਥੀ ਮਾਰ ਦੇਵੇ। ਰੁਦਨ ਕਰੇ ਨਾਮੇ ਕੀ ਮਾਏ, ਕੀ ਕਹਿੰਦੀ ਹੈ, ਛੋੜ ਰਾਮ ਕੀ ਨਾ ਭਜੇ ਖੁਦਾਏ। ਇਹ ਬੇਟਾ ਤੂੰ ਐਸਾ ਕਰ, ਇਹ ਰਾਮ, ਇਹ ਬਿਠਲ ਭਗਵਾਨ ਈਸ਼ਵਰ, ਇਹ ਨਾਰਾਇਣ ਪ੍ਰਭੂ ਤੈਂ ਬਹੁਤ ਕਿਹਾ ਹੈ, ਛੋੜ ਦੇ ਤੈਂ ਇਸ ਤੋਂ ਕੀ ਲੈਣਾ। ਤੂੰ ਕਹਿ ਰਬਲਾਲ ਵੀਨ, ਤੂੰ ਕਹਿ ਕਾਦਰੇ ਮੁਤਲਿਕ, ਤੂੰ ਕਹਿ ਰਹੀਮ ਕਰੀਮ, ਤੂੰ ਕਹਿ ਮੌਲਾ, ਤੂੰ ਕਹਿ ਅੱਲਾ, ਤੇਰੀ ਜਾਨ ਬਚ ਜਾਏਗੀ। ਇਹ ਬੇਟਾ ਅਗਰ ਤੇਰੀ ਜਾਨ ਬਚ ਜਾਏ ਤਾਂ ਮੈਂ ਆਪਣੀ ਅੱਖਾਂ ਦੇ ਨਾਲ ਦੇਖਾਂਗੀ, ਠੰਡ ਪਾਲਿਆ ਕਰਾਂਗੀ ਦੇਖ ਕਰਕੇ, ਭਾਵੇਂ ਤੂੰ ਮੁਸਲਮਾਨ ਹੀ ਕਿਉਂ ਨਾ ਹੋ ਜਾਵੇਂ। ਮਾਂ ਨੇ ਆਪਣੀ ਮਮਤਾ ਪ੍ਰਗਟ ਕਰ ਦਿੱਤੀ। ਮਾਂ ਦੀ ਮਮਤਾ ਬੜੀ ਪ੍ਰਬਲ ਹੁੰਦੀ ਹੈ। ਬੀਰਬਲ ਨੇ ਇੱਕ ਦਿਨ ਆਪਣੀ ਮਾਂ ਨੂੰ ਇੱਕ ਤਿੰਨ ਚਾਰ ਹੀਰੇ ਲਾਲ ਦਿੱਤੇ। ਮਾਂ ਨੇ ਪੁੱਛਿਆ, ਬੇਟਾ ਕੀ ਗੱਲ ਹੈ, ਬੜਾ ਖੁਸ਼ ਹੋਇਆ। ਕਹਿੰਦਾ ਹੈ, ਤੈਂ ਮਾਂ ਮੇਰੀ ਪਰਵਰਿਸ਼ ਕੀਤੀ ਹੈ, ਮੈਨੂੰ ਪਾਲਿਆ ਹੈ, ਇਤਨਾ ਵੱਡਾ ਬਣਾਇਆ ਹੈ, ਅਤੇ ਮੈਂ ਅੱਜ ਤੇਰੀ ਸੇਵਾ ਕਰ ਰਿਹਾ। ਮਾਂ ਨੇ ਕਿਹਾ, ਬੇਟਾ ਐਸਾ ਕਰ ਵੀ ਇਹ ਮੈਂ ਕੱਲ੍ਹ ਲੈ ਲਵਾਂਗੀ, ਤੂੰ ਸਾਂਭ ਕੇ ਰੱਖ। ਜਦੋਂ ਰਾਤ ਦਾ ਸਮਾਂ ਹੋਇਆ, ਬੱਚੇ ਨੂੰ ਰੋਟੀ ਖਿਲਾਈ, ਆਪ ਖਾਧੀ। ਮਾਂ ਨੇ ਕਿਹਾ, ਬੇਟਾ ਮੇਰਾ ਇੱਕ ਦਿਲ ਕਰਦਾ ਹੈ। ਨਾਮਦੇਵ ਨੇ ਪੁੱਛਿਆ ਕੀ? ਉਹਨੇ ਕਿਹਾ, ਮੇਰਾ ਦਿਲ ਇਹ ਕਰਦਾ ਹੈ ਬਈ ਮੈਂ ਅੱਜ ਤੇਰੇ ਨਾਲ ਰਾਤ ਨੂੰ ਇੱਕੇ ਬਿਸਤਰੇ 'ਤੇ ਸੌਵਾਂ, ਕਿਉਂਕਿ ਆਖਿਰ ਤਾਂ ਤੂੰ ਮੇਰਾ ਬੱਚਾ ਹੀ ਹੈ, ਭਾਵੇਂ ਤੂੰ ਵੱਡਾ ਹੋ ਗਿਆ ਹੈ, ਲੇਕਿਨ ਆਖਿਰ ਤੂੰ ਮੇਰਾ ਬੱਚਾ ਹੀ ਹੈ। ਇਸ ਲਈ ਮੇਰੀ ਪੁਰਾਣੀ ਮਮਤਾ, ਬਚਪਨ ਦੀ ਮਮਤਾ ਫਿਰ ਜਾਗ ਉੱਠੀ ਹੈ ਕਿ ਆਪਾਂ ਬੇਟਾ ਅਤੇ ਮਾਂ ਅੱਜ ਇਕੱਠੇ ਸੌਂਏ। ਬੀਰਬਲ ਨੇ ਕਿਹਾ, ਮੈਨੂੰ ਕੋਈ ਇਨਕਾਰ ਨਹੀਂ। ਹੁਣ ਮਾਂ ਦੇ ਨਾਲ ਸੌਂ ਗਿਆ। ਜਿਸ ਵੇਲੇ ਅੱਧੀ ਰਾਤ ਹੋਈ, ਘੋਰ ਨਿੰਦਰਾ ਵਿੱਚ ਚਲਿਆ ਗਿਆ, ਮਾਂ ਅਹਿਸਤਾ ਦੇ ਕੇ ਉੱਠੀ। ਉੱਠ ਕਰਕੇ ਠੰਡੇ ਪਾਣੀ ਦਾ ਕਟੋਰਾ ਭਰ ਲਿਆਈ ਅਤੇ ਲਿਆ ਕਰਕੇ ਹੌਲੀ ਦੇ ਕੇ ਬੀਰਬਲ ਦੇ ਨੀਚੇ ਡੋਲ ਦਿੱਤਾ। ਬੜੀ ਤੇਜ਼ੀ ਨਾਲ ਉੱਠਿਆ, ਕਹਿੰਦਾ, ਮਾਂ ਤੂੰ ਬੜੀ ਪਾਗਲ ਹੈ, ਮੇਰੀ ਨਿੰਦਰਾ ਹਰਾਮ ਕਰਕੇ ਰੱਖ ਦਿੱਤੀ ਹੈ, ਅਤੇ ਜੇ ਮੈਨੂੰ ਇਹ ਪਤਾ ਹੁੰਦਾ ਮੈਂ ਤੇਰੇ ਨਾਲ ਕਾਹਨੂੰ ਲੇਟਦਾ, ਇਹ ਮੈਨੂੰ ਧੋਖਾ ਦਿੱਤਾ ਇਹਨੇ। ਮਾਂ ਨੇ ਜਦੋਂ ਸੁਣਿਆ, ਖਿੜਖਿੜਾ ਕੇ ਅਸੀਂ, ਕਹਿੰਦੀ, ਬੇਟਾ ਤੂੰ ਇਹ ਦੱਸ ਸਕਦਾ ਵੀ ਮੈਂ ਕਿਤਨੀ ਦਫ਼ਾ ਤੇਰੇ ਨੀਚੇ ਪਾਣੀ ਡੋਲਿਆ? ਕਹਿੰਦਾ, ਇਹ ਮੂਰਖਤਾ ਤਾਂ ਪਹਿਲੀ ਦਫ਼ਾ ਕੀਤੀ ਹੈ।
ਅਗਰ ਕਦੇ ਪਹਿਲੇ ਕੀਤੀ ਹੁੰਦੀ ਤਾਂ ਮੈਂ ਤੇਰੇ ਨਾਲ ਹੀ ਕਸਾਉਂਦਾ। ਇਹ ਪਹਿਲੀ ਦਫ਼ਾ ਮੂਰਖਤਾ ਕੀਤੀ ਹੈ। ਤੇ ਨਾਮ ਦੇ ਨਾਮ ਮਾਂ ਕਹਿੰਦੀ ਬੇਟਾ ਇਹ ਦੱਸ ਬਈ ਇਹ ਮੈਂ ਤੇਰੇ ਨੀਚੇ ਡੋਲਿਆ ਕੀ ਹੈ? ਕਹਿੰਦੇ ਪਾਣੀ। ਕਹਿੰਦੇ ਪਾਣੀ ਬੜਾ ਸਾਫ਼ ਹੈ, ਘੜੇ ਦੇ ਵਿੱਚੋਂ ਲਿਆਂਦਾ, ਕਾਬਰ ਕਿਉਂ ਰਿਹਾ ਹੈ? ਪਾਣੀ ਡੋਲਿਆ, ਕੋਈ ਗੰਦੀ ਚੀਜ਼ ਤਾਂ ਨਹੀਂ ਡੋਲੀ? ਕਹਿੰਦਾ ਪਾਣੀ ਹੈ, ਗਿੱਲਾ ਹੈ, ਠੰਡਾ ਹੈ, ਨਿੰਦਰਾ ਤਾਂ ਹਰਾਮ ਹੋ ਗਈ। ਮਾਂ ਕਹਿੰਦੀ ਹੈ ਬੇਟਾ ਗੱਲ ਸੁਣ, ਮੈਂ ਇੱਕ ਦਫ਼ਾ ਤੇਰੀ ਜ਼ਿੰਦਗੀ ਦੇ ਵਿੱਚ ਤੇਰੀ ਨਿੰਦਰਾ ਨੂੰ ਹਰਾਮ ਕੀਤਾ, ਤੂੰ ਮੈਨੂੰ ਕਦੇ ਪਾਗਲ ਮੂਰਖ ਕਹਿਣਾ, ਕਿਤਨਾ ਕੌੜਾ ਬੋਲ ਰਿਹਾ ਹੈ, ਪਰ ਇਹ ਦੱਸ ਬਈ ਸਾਲਾਂ ਵਧੀ ਮੈਂ ਤੇਰੀ ਸ਼ਰਾਬ ਤੇਰੇ ਪਿਸ਼ਾਬ 'ਤੇ ਲੇਟਦੀ ਰਹੀ? ਜੇ ਤੂੰ ਸੱਜੇ ਪਾਸੇ ਪਿਸ਼ਾਬ ਕਰ ਦਿੰਦਾ ਸਾਂ, ਮੈਂ ਖੱਬੇ ਪਾਸੇ ਲਟਾ ਲੈਂਦੀ ਸਾਂ। ਜੇ ਤੂੰ ਇੱਧਰ ਪਿਸ਼ਾਬ ਕਰਦਾ ਸਾਂ, ਮੈਂ ਤੈਨੂੰ ਛਾਤੀ 'ਤੇ ਲਟਾ ਲੈਣਾ। ਮੈਂ ਤੇਰਾ ਕਦੇ ਬੋਝ ਮਹਿਸੂਸ ਹੀ ਨਹੀਂ ਕੀਤਾ ਹੈ, ਲੇਕਿਨ ਮੈਂ ਕਦੇ ਗਿਲਾ ਕੀਤਾ ਹੈ, ਕਦੇ ਸ਼ਿਕਵਾ ਕੀਤਾ ਹੈ ਕਿ ਬੇਟਾ ਮੈਂ ਤੇਰੇ ਪਿਸ਼ਾਬ 'ਤੇ ਲੇਟੀ ਹਾਂ, ਲੇਕਿਨ ਤੂੰ ਅੱਜ ਪਾਣੀ 'ਤੇ ਲੇਟਿਆ ਹੈ, ਸ਼ਿਕਵਾ ਕਰੀ ਜਾ ਰਿਹਾ ਹੈ। ਮੈਂ ਅਰਜ਼ ਕਰ ਰਿਹਾ ਹਾਂ ਕਿ ਮਾਂ ਦੀ ਜਿਹੜੀ ਮਮਤਾ ਹੈ ਉਹ ਬੜੀ ਡੂੰਘੀ ਹੁੰਦੀ ਹੈ। ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾਏ। ਹੈ ਬੇਟਾ, ਮੈਂ ਤੈਨੂੰ ਇੱਕ ਨੀਤੀ ਦੀ ਗੱਲ ਦੱਸਦੀ ਹਾਂ, ਉਹ ਇਹ ਹੈ ਕਿ ਵਕਤ ਵਿਚਾਰਨਾ ਚਾਹੀਦਾ ਹੈ। ਤੂੰ ਰਾਮ ਰਾਮ ਕਹਿਣਾ ਛੋੜ ਦੇ, ਅੱਲਾ ਅੱਲਾ ਕਹਿ, ਤੇਰੀ ਜ਼ਿੰਦਗੀ ਬਚ ਜਾਏਗੀ। ਹੁਣ ਰੱਬ ਦੇ ਬੰਦੇ ਦਾ ਇਮਾਨ ਕਿੱਥੇ ਖੜਾ ਹੈ? ਕਹਿੰਦੇ ਹਨ ਨਾ ਹਮ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ। ਐ ਮਾਂ, ਤੂੰ ਮੈਨੂੰ ਗਲਤ ਮਸ਼ਵਰਾ ਦੇ ਰਹੀ ਹੈ, ਮੇਰੇ ਵਿਸ਼ਵਾਸ ਨੂੰ ਭੰਗ ਕਰ ਰਹੀ ਹੈ, ਮੇਰੀ ਜ਼ਿੰਦਗੀ ਨੂੰ ਕਲੰਕਿਤ ਕਰ ਰਹੀ ਹੈ। ਇਸ ਵਾਸਤੇ ਗਲਤ ਰਾਏ ਦੇਣ ਵਾਲਾ ਭਾਵੇਂ ਬਾਪ ਹੈ ਜਾਂ ਮਾਂ ਹੈ, ਭੈਣ ਹੈ ਜਾਂ ਭਰਾ ਹੈ, ਕੋਈ ਵੀ ਹੈ, ਗਲਤ ਰਾਏ ਦੇਣ ਵਾਲਾ ਇਨਸਾਨ ਜਿਹੜਾ ਹੈ ਉਹ ਗਲਤ ਹੁੰਦਾ ਹੈ। ਜਿਹੜਾ ਕਹਿਣ ਦੇਣਾ, ਅਸੀਂ ਕਦੇ ਕਦੇ ਦੁਨੀਆਦਾਰ ਲੋਕ ਐਸਾ ਕਰਦੇ ਹਾਂ ਵੀ ਮਾਂ ਬਾਪ ਦਾ ਕਹਿਣਾ ਮੰਨ ਲੈਂਦੇ ਹਾਂ, ਭੈਣ ਭਰਾਵਾਂ ਦਾ ਕਹਿਣਾ ਮੰਨਦੇ ਹਾਂ, ਮਿੱਤਰਾਂ ਪਿਆਰਿਆਂ ਦਾ ਕਹਿਣਾ ਮੰਨਦੇ ਹਾਂ, ਪੜੋਸੀਆਂ ਦਾ ਰਿਸ਼ਤੇਦਾਰਾਂ ਦਾ ਕਹਿਣਾ ਮੰਨਦੇ ਹਾਂ, ਲੇਕਿਨ ਅਸੀਂ ਗੁਰੂ ਦਾ ਕਹਿਣਾ ਨਹੀਂ ਮੰਨਦੇ। ਹਾਲਾਂਕਿ ਹਕੀਕਤ ਇਹ ਹੈ ਕਿ ਹੋ ਸਕਦਾ ਹੈ ਕਿ ਮਾਂ ਬਾਪ ਸਾਨੂੰ ਕਦੇ ਗਲਤ ਰਾਇ ਦੇ ਦੇਣ, ਹੋ ਸਕਦਾ ਹੈ ਕਿ ਭੈਣ ਭਰਾ ਕਦੇ ਗਲਤ ਰਾਇ ਦੇ ਦੇਣ, ਹੋ ਸਕਦਾ ਹੈ ਮਿੱਤਰ ਪਿਆਰੇ ਰਿਸ਼ਤੇਦਾਰ ਗਲਤ ਰਾਇ ਦੇ ਦੇਣ, ਪਰ ਇਹ ਇਨਸਾਨ ਤੂੰ ਕਦੇ ਦਿਮਾਗ ਨਾਲ ਸੋਚਿਆ ਹੈ ਗੁਰੂ ਵੀ ਤੈਨੂੰ ਕਦੇ ਗਲਤ ਰਾਇ ਦੇ ਸਕਦਾ ਹੈ? ਗੁਰੂ ਤਾਂ ਸਦਾ ਤੇਰੇ ਹੱਕ ਦੇ ਵਿੱਚ ਹੈ, ਤੇਰੇ ਜੀਵਨ ਨੂੰ ਉੱਨਤ ਦੇਖਣਾ ਚਾਹੁੰਦਾ ਹੈ, ਸਾਫ਼ ਤੇ ਪਾਕ ਪਵਿੱਤਰ ਦੇਖਣਾ ਚਾਹੁੰਦਾ ਹੈ, ਤੇਰੀ ਜ਼ਿੰਦਗੀ ਨੂੰ ਖੁਸ਼ਬੂ ਭਰੀ ਦੇਖਣਾ ਚਾਹੁੰਦਾ ਹੈ, ਇਸ ਲਈ ਤੂੰ ਗੁਰੂ ਦੀ ਆਖੇ ਨਹੀਂ ਲੱਗਦਾ। ਤਾਂ ਮੈਂ ਅਰਜ਼ ਕਰ ਰਿਹਾ, ਮਾਂ ਬਾਪ ਦੇ ਨਾਲੋਂ ਅਗਰ ਬਹੁਤਾ ਪਿਆਰ ਹੈ ਕਿਸੇ ਨੂੰ ਸਾਡੇ ਨਾਲ, ਤਾਂ ਕੇਵਲ ਗੁਰੂ ਨੂੰ ਹੋ ਸਕਦਾ ਹੈ। ਤਾਂ ਮਾਂ ਬਾਪ ਕਦੇ ਕਦੇ ਗਲਤ ਰਹਿ ਦਿੰਦੇ ਹਨ, ਪਰ ਜੋ ਗਲਤ ਰਹਿ ਦਿੰਦਾ ਹੈ ਰੱਬ ਦੇ ਬੰਦੇ ਉਸ ਨੂੰ ਨਹੀਂ ਮੰਨਦੇ, ਭਾਵੇਂ ਉਹ ਕੋਈ ਵੀ ਹੈ। ਕਹਿੰਦੇ ਹਨ ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ। ਐ ਮਾਂ, ਅੱਜ ਮੈਂ ਸ਼ਰੇ ਬਾਜ਼ਾਰ ਕਹਿ ਰਿਹਾ ਹਾਂ, ਨਾ ਹੋ ਤੇਰਾ ਪੂੰਗਰਾ, ਮੈਂ ਤੇਰਾ ਅੱਜ ਤੋਂ ਪੁੱਤਰ ਨਹੀਂ ਹਾਂ, ਨਾ ਤੂੰ ਮੇਰੀ ਮਾਏ, ਅੱਜ ਤੋਂ ਮੇਰੀ ਤੂੰ ਮਾਂ ਵੀ ਨਹੀਂ ਹੈ। ਅੱਜ ਬਾਪ ਮਾਂ ਦਾ ਤੇ ਬੇਟੇ ਦਾ ਰਿਸ਼ਤਾ ਖਤਮ ਕਰ ਦਿੱਤਾ ਹੈ। ਤੈ ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪਰੇ ਤੋਂ ਹਰ ਗੁਣ ਗਾਏ। ਅਗਰ ਮੇਰਾ ਸਰੀਰ ਚਲਿਆ ਜਾਏ ਮੈਨੂੰ ਪ੍ਰਵਾਹ ਨਹੀਂ, ਪਰ ਮਾਂ ਮੇਰੇ ਮੂੰਹੋਂ ਅੱਲਾ ਨਹੀਂ ਨਿਕਲ ਸਕਦਾ ਹੈ। ਜਿਹੜਾ ਧਿਆਨ ਦੇਣਾ, ਹੁਣ ਇਹਦਾ ਮਤਲਬ ਇਹ ਨਾ ਸਮਝ ਲੈਣਾ ਕਿ ਅੱਲਾ ਦੇ ਨਾਲ ਉਹਨਾਂ ਦੀ ਕੋਈ ਦੁਸ਼ਮਣੀ ਹੈ, ਉਹਨਾਂ ਨੇ ਕਦੇ ਰਹਿਮ ਤੇ ਕਰੀਮ ਨਹੀਂ ਕਿਹਾ, ਉਹਨਾਂ ਨੇ ਕਦੇ ਮੌਲਾ ਨਹੀਂ ਕਿਹਾ। ਨਹੀਂ, ਉਹਨਾਂ ਦੀ ਬਾਣੀ ਦੇ ਵਿੱਚ ਸਾਰੇ ਬਚਨ ਆਉਂਦੇ ਹਨ। ਉਹਨਾਂ ਨੇ ਰਹਿਮ ਵੀ ਕਿਹਾ ਹੈ, ਮੌਲਾ ਵੀ ਕਿਹਾ, ਖੁਦਾ ਵੀ ਕਿਹਾ, ਅੱਲਾ ਵੀ ਕਿਹਾ ਹੈ, ਲੇਕਿਨ ਅੱਜ ਨਹੀਂ ਕਹਿ ਰਹੇ ਹਨ। ਕਿਉਂ? ਕਿ ਜਬਰਨ ਜ਼ੋਰ ਦੇ ਨਾਲ, ਸ਼ਕਤੀ ਦੇ ਨਾਲ, ਆਕੜ ਦੇ ਨਾਲ, ਹਕੂਮਤ ਆਪਣੀ ਤਾਕਤ ਦੇ ਨਾਲ ਉਹਨਾਂ ਦੇ ਮੂੰਹ ਦੇ ਵਿੱਚ ਖੁਦਾ ਪਾਉਣਾ ਚਾਹੁੰਦੀ ਹੈ, ਲੇਕਿਨ ਰੱਬ ਦੇ ਬੰਦੇ ਹੀ ਇਹ ਗੱਲਾਂ ਨਹੀਂ ਮੰਨਦੇ ਹਨ। ਮੈਂ ਅਰਜ਼ ਕਰ ਰਿਹਾ, ਕਹਿੰਦੇ ਹਨ ਪਿੰਡ ਪਰੇ ਤੋਂ ਹਰ ਗੁਣ ਗਾਏ।
ਬਾਦਸ਼ਾਹ ਨੇ ਬੜਾ ਲਾਲਚ ਦਿੱਤਾ, ਬੜਾ ਤਰਦਰ ਕੀਤਾ। ਪਰ ਨਾਮਦੇਵ ਜੀ ਕਹਿੰਦੇ ਹਨ, ਬਾਦਸ਼ਾਹ ਗੱਲ ਸੁਣ, ਕਿਉਂ ਮੈਂ ਜਫਰ ਜਾਲਦਾ ਹੈ, ਤੈਨੂੰ ਇੱਕੋ ਗੱਲ ਦੇ ਨਾਲ ਅਸੀਂ ਉੱਤਰ ਦੇ ਦਿੰਦੇ ਹਾਂ ਕਿ ਗੰਗ ਜਮਨ ਜੇ ਉਲਟੀ ਵਹੈ ਤੋ ਨਾਮਾ ਹਰ ਕਰਤਾ ਰਹੇ। ਇਹ ਗੰਗਾ ਅਤੇ ਜਮਨਾ ਗੋਦਾਵਰੀ ਕਿੱਥੇ ਜਾਂਦੀਆਂ ਹਨ? ਕਲਕੱਤੇ ਜਾ ਕੇ ਸਮੁੰਦਰ ਵਿੱਚ ਪੈ ਜਾਂਦੀਆਂ ਹਨ। ਪਰ ਗੰਗ ਜਮਨ ਜੇ ਉਲਟੀ ਵਹੈ, ਇਹ ਸਮੁੰਦਰ ਦੇ ਵਿੱਚੋਂ ਨਿਕਲ ਕੇ ਫਿਰ ਹਿਮਾਲਿਆ ਪਰਬਤ ਦੀ ਚੋਟੀ ਤੇ ਚੜ ਜਾਏ, ਚੜ ਸਕਦੀ ਹੈ। ਨਾਮੁਮਕਿਨ ਚੀਜ਼ ਮੁਮਕਿਨ ਹੋ ਸਕਦੀ ਹੈ, ਅਸੰਭਵ ਚੀਜ਼ ਸੰਭਵ ਹੋ ਸਕਦੀ ਹੈ। ਗੰਗ ਜਮਨ ਜੋ ਉਲਟੀ ਵਹੈ ਤੋ ਨਾਮਾ ਹਰ ਕਰਤਾ ਰਹੇ। ਨਾਮੇ ਦੇ ਮੂੰਹ ਦੇ ਵਿੱਚੋਂ ਹਰ ਨਿਕਲੇਗਾ, ਰਾਮ ਨਿਕਲੇਗਾ, ਭਗਵਾਨ ਨਿਕਲੇਗਾ, ਲੇਕਿਨ ਖੁਦਾ ਵੀ ਨਿਕਲ ਸਕਦਾ ਹੈ ਜਿਹੜਾ ਚਾਹੁੰਦੇ ਨਾ। ਤਾਂ ਹੁਣ ਦੇਖਣ ਵਾਲੀ ਬਾਤ ਹੈ ਕਿ ਇਤਨਾ ਪੱਕਾ ਵਿਸ਼ਵਾਸ ਕੋਟ ਬ੍ਰਹਿਮੰਡਾਂ ਦੇ ਮਾਲਕ ਨੇ, ਰੱਬ ਨੇ ਦੇਖਿਆ ਨਾਮਦੇਵ ਦਾ, ਵੀ ਨਾਮਦੇਵ ਕਿੱਥੇ ਖੜਾ ਹੈ। ਨਾ ਇਹਨੂੰ ਮੌਤ ਦਾ ਡਰ, ਨਾ ਇਹਨੂੰ ਹਕੂਮਤ ਦਾ ਡਰ, ਨਾ ਕਿਸੇ ਕਾਨੂੰਨ ਦਾ ਡਰ। ਇਹ ਐਡਾ ਨਿਰਭਉ ਰੱਬ ਦਾ ਬੰਦਾ। ਕਬੀਰ ਸਾਹਿਬ ਨੂੰ ਜਦੋਂ ਪੁੱਛਿਆ ਨਾ ਵੀ ਤੁਹਾਨੂੰ ਕੀ ਮਿਲਿਆ ਹੈ ਭਗਤੀ ਚੋਂ, ਉਹ ਕਹਿੰਦੇ ਹਨ, ਦੋਏ ਦੋਏ ਲੋਚਨ ਪੇਖਾਂ, ਹਾਂ ਹਰ ਬਿਨ ਅਬਰ ਨਾ ਦੇਖਾਂ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ, ਹਮਰਾ ਭਰਮ ਗਿਆ ਪਾਉ ਭਾਗਾ, ਜਬ ਰਾਮ ਨਾਮ ਚਿੱਤ ਲਾਗਾ। ਕਹਿੰਦੇ ਹਨ ਜਿਸ ਵੇਲੇ ਰਾਮ ਦੇ ਨਾਮ ਨਾਲ ਮੇਰਾ ਚਿੱਤ ਲੱਗ ਗਿਆ, ਜੁੜ ਗਿਆ, ਹਮਰਾ ਭਰਮ ਗਿਆ ਪਾਉ ਭਾਗਾ, ਮੇਰੇ ਵਿੱਚੋਂ ਭਰਮ ਵੀ ਚੱਲਿਆ ਗਿਆ ਤੇ ਮੇਰੇ ਵਿੱਚੋਂ ਡਰ ਵੀ ਚੱਲਿਆ ਗਿਆ। ਇਹ ਦੋ ਚੀਜ਼ਾਂ ਬੜੀਆਂ ਖਤਰਨਾਕ ਨੇ, ਇਹ ਦੋ ਚੀਜ਼ਾਂ ਇਨਸਾਨ ਦੀਆਂ ਦੁਸ਼ਮਣ ਹਨ। ਮਾਫ ਕਰਨਾ, ਸਾਡੀ ਜ਼ਿੰਦਗੀ ਸਾਰੀ ਵਹਿਮਾਂ ਦੀ, ਸਾਰੀ ਭਰਮਾਂ ਦੀ ਤੇ ਸਾਰੀ ਭੁਲੇਖਿਆਂ ਦੀ, ਸਾਰੀ ਅਗਿਆਨ ਦੀ ਭਰੀ ਪਈ ਜ਼ਿੰਦਗੀ ਹੈ, ਸਾਰੀ ਅਗਿਆਨ ਦੀ ਭਰੀ ਪਈ ਜ਼ਿੰਦਗੀ ਹੈ। ਤਾਂ ਕਬੀਰ ਸਾਹਿਬ ਜੀ ਕਹਿੰਦੇ ਹਨ, ਮੇਰਾ ਭਰਮ ਚੱਲਿਆ ਗਿਆ, ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹੱਥ ਬਿਕਾਨਾ।